अस्सलाम वालेकुम, सत श्री अकाल। संताली दी कमली वंड हुई, पंजाब ही नहीं सी वंडिया गया, नालों नाल ही पंजाब दे सपूत जिवें प्यो दादा पुत्र चाचा पतरिया ये सारे भी आपस च वंडे गए। ते विछड़े जिहड़े रिश्ते होंदे ने, गवाचे रिश्ते होंदे ने, उन्हां दी पीड़, उन्हां नूं मिलन दी जिहड़ी तांग है, ओह की होंदी है, ओह तुहानूं इस कहानी दे विच सुनन नूं लब्भेगी। कहानी है चौधरी नसरुल्ला चीमा दी, जिहड़े उस वेले 4-5 साल दे सन। ते जिंदर सिंह तों नसरुल्ला चीमा बनन वाले इस 4 साल दे बच्चे दे नाल की बीती, ऐ सारा कुछ ये तुहानूं इस वीडियो दे विच दसन दे, जिहड़े 6-7 वार ਪਿੱਛੇ ਇੰਡੀਆ ਦੇ ਵਿੱਚ ਆਪਣੀਆਂ ਲੱਗਦੀਆਂ ਲਾਣੀਆਂ ਕੋਲ ਹੋ ਕੇ ਵੀ ਆਏ ਨੇ। ਸਾਰੇ ਭਰਾ ਇਹ ਜਿੰਨੇ ਵੀ ਜਿੰਨੇ ਮਿਲੇ ਹਨ ਸਾਰੇ ਬੜਾ ਗਹਿਮ ਗਾਨ ਨਾਲ ਰੋ ਤੋ ਕੇ ਮਿਲੇ, ਤੁਸੀਂ ਉਹ ਇੰਡੀਆ ਪਾਕਿਸਤਾਨ ਰਹਿ ਗਏ, ਅਸੀਂ ਇੱਥੇ ਆ ਗਏ ਹਾਂ। ਹਾਂਜੀ, ਆਹ ਕਿਵੇਂ ਸਾਡੀ ਕਿਸਮਤ ਹੀ ਹੈ। ਤੁਹਾਨੂੰ ਕੀ ਜ਼ਮੀਨ ਸਮਾਨ ਦਾ ਫਰਕ ਸੀ? ਅੱਛਾ, ਉੱਥੇ ਹਰ ਬੰਦਾ ਚਾਹ ਪੀਂਦਾ ਸੀ, ਉੱਥੇ ਭੱਤੇ ਜਾਂਦੇ ਆ, ਭੱਤਿਆਂ ਦੇ ਵੀ ਚਾਹ ਹੁੰਦੀ ਸੀ। ਅਤੇ ਅਸਾਂ ਤਾਂ ਕਦੀ ਇੱਥੇ ਚਾਹ ਵੇਖੀ ਨਹੀਂ ਸੀ, ਨਾ ਹੀ ਪੀਂਦੇ ਹੀ ਸਾਂ। ਅਸਲਾਮ ਵਾਲੇਕੁਮ ਭਾਈ ਸਾਹਿਬ ਜੀ, ਕੀ ਹਾਲ ਹੈ? ਠੀਕ ਹੋ? ਅੱਲਾਹ ਦਾ ਕਰਮ। ਹਾਂਜੀ, ਅਤੇ ਕੀ ਨਾਂ ਹੈ ਤੁਹਾਡਾ? ਨਸਰੁੱਲਾ ਖਾਨ। ਨਸਰੁੱਲਾ ਖਾਨ, ਅੱਬਾ ਜੀ ਦਾ ਨਾਂ ਕੀ ਸੀ? ਲਾਲ ਖਾਨ। ਲਾਲ ਖਾਨ, ਅਤੇ ਦਾਦੇ ਹੋਰਾਂ ਦਾ ਨਾਂ? ਹਾਕਮ। ਹਾਕਮ, ਆਪਣਾ ਇਹ ਪਿੰਡ ਕਿਹੜਾ ਜਿੱਥੇ ਅਸੀਂ ਬੈਠੇ ਹਾਂ ਹੁਣ? ਤਰੌਂਡੀ ਖਜੂਰ ਵਾਲੇ। ਇਹਦਾ ਜ਼ਿਲ੍ਹਾ ਕਿਹੜਾ? ਗੁਜਰਾਂਵਾਲਾ। ਅਤੇ ਤਹਿਸੀਲ? ਗੁਜਰਾਂਵਾਲਾ। ਆਲੇ ਦੁਆਲੇ ਦੇ ਕੋਈ 4-5 ਪਿੰਡਾਂ ਦੇ ਨਾਂ ਦੱਸ ਦਿਓ। ਗੱਜੂ ਚੱਕ ਜੀ, ਛੱਟਾ ਦਾਲ, ਬਹੁ ਚੱਕ, ਕੋਲੀ ਸਾਬੂ ਦੀ, ਤਰੌਂਡੀ ਰਾਹ ਦੀ, ਬੱਲੇ ਵਾਲਾ, ਤ੍ਰਿਗੜੀ, ਸਮਰਾ, ਇੱਧਰ ਨਤਕਲਾਂ ਹੈ ਜੀ। ਜੀ, ਆਪਣੀ ਜ਼ਾਤ ਕਿਹੜੀ ਹੈ? ਚੀਮਾ। ਚੀਮੇ ਜੱਟ ਜੀ। ਅੱਛਾ, ਜਦੋਂ ਵੰਡ ਹੋਈ ਸੀ ਜੋ ਵੱਡੇ ਦੱਸਦੇ ਨੇ, ਤੇ ਉਦੋਂ ਤੁਹਾਡਾ ਨਿੱਕਿਆਂ ਹੁੰਦਿਆਂ ਦਾ ਨਾਂ ਕੀ ਹੁੰਦਾ ਸੀ? ਜਿੰਦਰ ਸਿੰਘ। ਜਿੰਦਰ ਸਿੰਘ ਨਾਂ ਹੁੰਦਾ ਸੀ, ਅਤੇ ਅੱਬੇ ਹੋਰਾਂ ਦਾ ਨਾਂ ਕੀ ਹੁੰਦਾ ਸੀ ਉਦੋਂ? ਲਾਲ ਸਿੰਘ। ਲਾਲ ਸਿੰਘ ਨਾਂ ਹੁੰਦਾ ਸੀ, ਠੀਕ ਹੈ। ਅਤੇ ਥੋੜ੍ਹਾ ਦੱਸਿਆ ਜੇ ਕਿ ਜਦੋਂ ਵੰਡ ਹੋਈ ਹੈ ਉਸ ਵੇਲੇ ਤੁਹਾਡੇ ਬਜ਼ੁਰਗ ਜਿਹੜੇ ਨੇ ਇੱਥੇ ਰਹਿ ਗਏ ਸਨ ਮੁਸਲਮਾਨ ਹੋ ਕੇ ਜੀ, ਅਤੇ ਇਹਨਾਂ ਦੇ ਕੁਝ ਹੋਰ ਵੀ ਭਰਾ ਆਏ ਸਨ? ਨਹੀਂ, ਇੱਕ ਭਾਈ ਆ ਸੀ, ਉਹ ਤੂਣ ਦੀ ਬਿਮਾਰੀ ਪਈ ਸੀ ਨਾ 100 ਸਾਲ ਪਹਿਲਾਂ। ਹਾਂਜੀ, ਉਹ ਫੌਤ ਹੋ ਗਿਆ। ਹਾਂ, ਉਦੋਂ ਉਹ ਫੌਤ ਹੋ ਗਿਆ ਸਰ। ਠੀਕ, ਉਹਦਾ ਨਾਂ ਸੀ ਸਰਦਾਰ। ਸਰਦਾਰ ਨਾਂ ਸੀ। ਅਤੇ ਇਹਨਾਂ ਦੇ ਕੋਈ ਚਾਚੇ ਦੇ ਪੁੱਤਰ ਸਨ ਜਿਹੜੇ ਉੱਠ ਕੇ ਉੱਧਰ ਗਏ ਨੇ ਜੀ? ਹਾਂਜੀ, ਉਹਨਾਂ ਦੇ ਤੁਹਾਨੂੰ ਨਾਂ ਚੇਤੇ ਨੇ ਹੁਣ? ਹਾਂ, ਕੀ ਨਾਂ ਸੀ ਉਹਨਾਂ ਦਾ? ਇੱਕ ਦਾ ਨਾਂ ਜੋਹਰ ਮੱਲ, ਸੁੰਦਰ ਸਿੰਘ ਜੀ, ਹੀਰਾ ਸਿੰਘ। ਤਿੰਨ ਭਰਾ ਸਨ, ਠੀਕ। ਅਤੇ ਇਹ ਕਿਹਦੇ ਪੁੱਤਰ ਸਨ ਤਿੰਨੇ? ਉਹਨਾਂ ਦਾ ਨਹੀਂ ਪਤਾ। ਚਲੋ, ਹੈਰ ਹੈਰ, ਕੋਈ ਗੱਲ ਨਹੀਂ ਹੈ, ਠੀਕ। ਅਤੇ ਵਾਲਦ ਸਾਹਿਬ ਮੁਸਲਮਾਨ ਹੋ ਕੇ ਉਹ ਰਹਿ ਗਏ ਸਨ ਇੱਥੇ, ਅਤੇ ਉਹ ਕੀ ਦੱਸਦੇ ਨੇ ਕਿ ਇੱਥੋਂ ਦੇ ਲੋਕਾਂ ਨੇ ਫਿਰ ਉਹਨਾਂ ਨਾਲ ਕਿੰਝ ਦਾ ਮਤਲਬ ਕਿ ਸਲੂਕ ਕੀਤਾ ਸੀ ਜਿਹੜੇ ਇੱਥੋਂ ਦੇ ਮੁਸਲਮਾਨ ਸਨ? ਬਹੁਤ ਅੱਛਾ ਸਲੂਕ, ਭਰਾਵਾਂ ਵਾਲਾ, ਭਰਾਵਾਂ ਵਾਲਾ ਸਲੂਕ ਕੀਤਾ ਸੀ। ਤੁਸੀਂ ਇਕੱਲੇ ਭਾਈ ਹੋ? ਇਕੱਲੇ। ਆਪਣੀ ਮਰਜ਼ੀ ਨਾਲ ਇੱਥੇ ਰਹਿ ਗਏ? ਆਪਣੀ ਮਰਜ਼ੀ। ਅਤੇ ਫਿਰ ਬਾਅਦ ਵਿੱਚ ਜਿਹੜੇ ਗਏ ਸਨ ਇੱਥੋਂ, ਉਹਨਾਂ ਦਾ ਖੂਨ ਦਾ ਖਿੱਚ ਹੁੰਦੀ ਹੈ ਬੰਦੇ ਨੂੰ ਖੂਨ ਦੀ, ਅਤੇ ਕਿੰਨਾ ਕੁ ਉਹਨਾਂ ਨੂੰ ਯਾਦ ਕਰਦੇ ਹੁੰਦੇ ਸਨ? ਯਾਦ ਬੜਾ ਕਰਦੇ, ਆਉਂਦੇ ਰਹਿੰਦੇ ਹਾਂ 6-6 ਮਹੀਨੇ। ਹਾਂਜੀ, ਜਵਾਰ ਮਾਲ ਆਉਂਦਾ ਰਹਿੰਦਾ ਹੈ, ਆਉਂਦਾ ਰਹਿੰਦਾ ਸੀ ਜਿੰਨਾ ਜਿੰਨਾ ਚਿਰ ਉਹ ਜਿਉਂਦਾ ਰਿਹਾ। ਬਿਲਕੁਲ, ਠੀਕ। ਅਤੇ ਤੁਹਾਡੇ ਜਿਹੜੇ ਅੱਬਾ ਜੀ ਨੇ, ਉਹਨਾਂ ਨੂੰ ਪੂਰੀਆਂ ਹੋਈਆਂ ਫੋਤ ਹੋਈਆਂ ਕਿੰਨਾ ਕੁ ਚਿਰ ਹੋ ਗਿਆ? 11-11-83 83 'ਚ ਫੋਤ ਹੋਏ ਨੇ, ਮਤਲਬ 36-37 ਸਾਲ ਹੋ ਗਏ ਨੇ। ਠੀਕ ਹੈ। ਅੱਛਾ, ਅਤੇ ਤੁਹਾਡਾ ਉਦੋਂ ਖੂਹ ਕਿਹੜਾ ਹੁੰਦਾ ਸੀ ਜਦੋਂ ਵਾਲਦ ਸਾਹਿਬ ਆਉਂਦੇ ਸਨ? ਉਦੋਂ ਸਾਡੇ ਸਾਰੇ ਖੂਹਾਂ 'ਤੇ 5 ਖੂਹ ਸਨ ਸਾਡੇ ਜੀ ਜੀ, ਘੁੰਮਣਾ ਵਾਲਾ ਵੱਡਾ ਖੂਹ, ਗੁਰੂਆਂ ਵਾਲਾ, ਹੈਲਟ, ਖੱਟੇ ਵਾਲਾ। ਅਤੇ ਜਿਹੜੇ ਇਹਨਾਂ ਦੇ ਚਾਚੇ ਤਾਏ ਸਨ, ਉਹਨਾਂ ਦੇ ਕਿਹੜੇ ਖੂਹ ਹੁੰਦੇ ਸਨ? ਉਹਨਾਂ ਦਾ ਵੀ ਇਹੀ ਸਨ, ਇਹੀ ਸਨ, ਰਲ ਮਿਲ ਕੇ ਕਰਦੇ ਸਨ ਇਕੱਠੇ। ਠੀਕ ਹੈ। ਕਿੰਨੀ ਪੈਲੀ ਇਸ ਵੇਲੇ ਮਾਸ਼ਾਅੱਲਾ ਆਪਣੇ ਕੋਲ ਹੈ? ਕੋ ਤਕਰੀਬਨ 1.5 ਮਰੱਬਾ। ਅੱਛਾ, ਵਾਲਦ ਸਾਹਿਬ ਤੁਹਾਡੇ ਨਾਲ ਅਕਸਰ ਔਕਾਤ ਗੱਲਬਾਤ ਕਰਦੇ ਹੋਣੇ ਨੇ ਉਹਨਾਂ ਦੀ, ਜਿਹੜੇ ਇੱਥੋਂ ਲੋਕ ਉੱਠ ਕੇ ਗਏ ਸਨ, ਫਿਰ ਤੁਸੀਂ ਉਹਨਾਂ ਨੂੰ ਉੱਥੇ ਤੁਸੀਂ ਵੀ ਮਿਲਣ ਗਏ ਹੋ ਜੀ? ਠੀਕ ਹੈ। ਕਿੰਨੀ ਵਾਰਾਂ ਗਏ ਹੋ? 5-6 ਵਾਰ ਹੀ ਗਏ। ਪਹਿਲੀਆਂ ਕਿਹੜੇ ਸਾਲ ਗਏ ਸੋ? ਮੈਨੂੰ ਸਾਰੇ ਯਾਦ।
मैं बचपन तो लैके जान लगा हाँ हाँ जी ते पिंडी ना तुसी बुजुर्गों नाल गए सो या फिर कल्ले ही गए सो उन्होंने नाल ही गए सो ठीक है उन जो मुछो चाहिए सी जदों पहली बार गए सो कि या वो बिल्कुल बाल सो नहीं बाल सो बिल्कुल मैं मसूम सा ठीक है ठीक है बच्चा मैं अच्छा जी तुसी पहली बार उठे गए सो ते उठे जाके थानू किंजदा लगा सी तो किंजदा है कि अपने जेडे भैन भरा सारे ने मिले सा हां जी बड़े सही तरीके नाल तो भी बिल्कुल सही था सारे नाल हां जी ਸਾਡਾ ਖੂਨ ਸੀ ਉਹ ਹਾਂ ਜ਼ਾਹਿਰ ਹੋ ਤੇ ਹੈ ਹਾਂ ਜਦੋਂ ਤੁਸੀਂ ਹਾਂ ਜੀ ਵਾਗਿਓ ਲੰਘੇ ਸੋ ਤੇ ਅੱਗੋਂ ਲੈਣ ਆਏ ਸਨ ਤੁਹਾਨੂੰ ਕਿ ਜਾਂ ਫਿਰ ਨਹੀਂ ਆਪ ਹੀ ਪਹੁੰਚ ਗਿਆ ਹੈ ਪਿੰਡ ਪੜ ਗਿਆ ਸੋ ਉਹਨਾਂ ਦੇ ਹਾਂ ਅੱਛਾ ਥੋੜ੍ਹਾ ਦੱਸਿਆ ਜੇ ਪਿੰਡ ਤੋਂ ਉਹਨਾਂ ਨੂੰ ਮਿਲਣ ਤੋਂ ਲੱਗ ਕੇ ਨਾ ਤੇ ਸਾਰੀ ਗੱਲ ਸੁਣਾ ਦਿਓ ਕਿਵੇਂ ਕਿਵੇਂ ਮਿਲੇ ਉਹਨਾਂ ਨੂੰ ਕਿਵੇਂ ਉਹਨਾਂ ਆਓ ਭਗਤ ਕੀਤੀ ਕਿੰਨਾ ਤੋਂ ਉਹਨਾਂ ਨੂੰ ਚਾਹ ਚੜਿਆ ਨਹੀਂ ਆਓ ਭਗਤ ਤਾਂ ਫਿਰ ਕਰਨੀ ਸੀ ਸਾਡੇ ਲੱਗਦੇ ਹਨ ਹਾਂਜੀ ਹਾਂਜੀ ਉਹ ਤੇ ਹੈ ਬੜਾ ਇਸਤਕਬਾਲ ਬੜਾ ਸਹੀ ਤਰੀਕੇ ਨਾਲ ਕੀਤਾ ਜਿਸ ਕੋ ਵੀ ਗਏ ਆ ਹਾਂਜੀ ਸਹੀ ਤਰੀਕੇ ਨਾਲ ਉਸ ਵੇਲੇ ਤੁਸੀਂ ਆਉਂਦੇ ਹੋ ਤੁਸੀਂ ਨਿੱਕੇ ਸੋ ਤੇ ਜਿਹੜੇ ਇੱਥੋਂ ਲੋਕ ਗਏ ਸਨ ਉਹ ਸਾਰੇ ਵਡੇਰੇ ਉਦੋਂ ਵੀ ਜਿਉਂਦੇ ਹੁੰਦੇ ਹੋ ਤੇ ਜਾ ਉਦੋਂ ਸਾਰੇ ਜਿਉਂਦੇ ਆ ਤੁਹਾਨੂੰ ਉਹਨਾਂ ਨੇ ਮਤਲਬ ਚੁੱਕ ਚੁੱਕ ਕੇ ਰੱਖਿਆ ਹੋਣਾ ਫਿਰ ਉੱਥੇ ਬੜਾ ਜੀ ਬੜਾ ਪਿਆਰ ਮੁਹੱਬਤ ਕੀਤਾ ਉਹਦਾ ਹਾਂਜੀ ਕਿੰਨੇ ਕੁ ਦਿਨ ਰਹੇ ਸੋ ਉੱਥੇ ਪਹਿਲੀਆਂ ਨਾਲ ਜਦੋਂ ਗਏ ਸੋ ਬਸ ਇੱਕ ਮਹੀਨਾ ਖਾਂਡੇ ਤੇ ਉੱਥੇ ਉਹ ਕਿਹੜੇ ਪਿੰਡ 'ਚ ਬੈਠੇ ਨੇ ਉੱਥੇ ਨਵਾਰਸੀ ਨਵਾਰਸੀ ਪਿੰਡ ਇਹ ਕਿਹੜੇ ਜ਼ਿਲ੍ਹੇ 'ਚ ਪੈਂਦਾ ਜ਼ਿਲ੍ਹਾ ਕਰਨਾਲ ਕਰਨਾਲ 'ਚ ਤਹਿਸੀਲ ਕੁਲਛੇਤਰ ਤਹਿਸੀਲ ਕੁਲਛੇਤਰ ਸੀ ਉਦੋਂ ਹੁਣ ਤਾਂ ਕੁਲਛੇਤਰ ਵੱਖਰਾ ਜ਼ਿਲ੍ਹਾ ਬਣ ਹੁਣ ਜ਼ਿਲ੍ਹਾ ਹੋ ਗਿਆ ਹਾਂਜੀ ਬਿਲਕੁਲ ਅਤੇ ਤੁਹਾਨੂੰ ਨਾਲ ਲਿਆ ਕੇ ਉਹ ਆਲੇ ਦੁਆਲੇ ਉਹਨਾਂ ਕਮਾਇਆ ਭਰਿਆ ਸੀ ਕੁਛ ਸਾਰਾ ਜਿਹੜੇ ਜਿੱਥੇ ਜਿੱਥੇ ਆਇਆ ਸਨ ਸਾਰੇ ਸਾਰਿਆਂ ਨੂੰ ਮਿਲੇ ਸਨ ਜਾ ਕੇ ਮਤਲਬ ਜ਼ਿੰਦਗੀ ਦੇ ਉਹਦੇ ਨੂੰ ਯਾਦਗਾਰ ਬਣ ਕੇ ਰਹਿ ਗਏ ਜਾ ਠੀਕ ਹੈ ਜਦੋਂ ਅੱਬੇ ਹਰੀ ਪਹਿਲੀ ਵਾਰ ਉਹਨਾਂ ਨੂੰ ਜਾ ਕੇ ਮਿਲੇ ਸਨ ਆਪਣੀਆਂ ਲੱਗਦਿਆਂ ਲਾਣਿਆਂ ਨੂੰ ਇੱਕ ਦੂਜੇ ਨੂੰ ਮਿਲ ਕੇ ਤਾਂ ਰੋਏ ਵੀ ਸਨ ਉਦੋਂ ਬੜਾ ਜੀ ਰਾਹ 'ਚ ਸਨ ਹਾਂਜੀ ਖੂਨ ਇੱਕ ਸੀ ਸਾਰੇ ਭਰਾ ਇਹ ਜਿੰਨੇ ਵੀ ਜਿੰਨੇ ਮਿਲੇ ਹਨ ਸਾਰੇ ਬੜਾ ਗਹਿਮ ਗਾਨਾ ਨਾਲ ਰੋ ਤੋ ਕੇ ਮਿਲੇ ਤੁਸੀਂ ਉਹ ਇੰਡੀਆ ਪਾਕਿਸਤਾਨ ਰਹਿ ਗਏ ਅਸੀਂ ਇੱਥੇ ਆ ਗਏ ਹਾਂ ਆਹਾਂ ਕਿ ਸਾਡੀ ਕਿਸਮਤ ਹੀ ਇਹ ਸੀ ਅਸਾਂ ਮੁਸਲਮਾਨ ਹੋ ਗਏ ਠੀਕ ਫਿਰ ਜਦੋਂ ਤੁਸੀਂ ਵਾਪਸ ਆ ਗਏ ਤਾਂ ਫਿਰ ਉਦੋਂ ਪਰਤ ਕੇ ਫਿਰ ਤੁਸੀਂ ਆਖਰੀ ਵਾਰ ਕਿੰਨਾ ਕੁ ਚਿਰ ਹੋ ਗਿਆ ਜਦੋਂ ਗਏ ਸੋ ਆਖਰੀ ਵਾਰ 35 ਕੁ ਸਾਲ ਹੋ ਗਏ 35 ਕੁ ਸਾਲ ਹੋ ਗਏ ਅਤੇ ਉਦੋਂ ਵੀ ਸਾਰਾ ਕੁਛ ਹਰ ਵਾਰ ਦੀ ਵਾਰ ਮਤਲਬ ਕਿ ਵੱਧ ਕੇ ਉੱਥੇ ਜਾ ਕੇ ਵਧੀਆ ਲੱਗਾ ਜੀ ਜੀ ਸਹੀ ਅਤੇ ਉਸ ਤੋਂ ਬਾਅਦ ਕਦੀ ਪਰਤ ਕੇ ਫਿਰ ਨਹੀਂ ਗਏ ਅੱਛਾ ਥੋੜ੍ਹਾ ਦੱਸਿਆ ਜੀ ਕਿ ਜਿਹੜਾ ਉੱਧਰ ਦਾ ਰਹਿਣ ਸਹਿਣ ਸੀ ਉੱਥੋਂ ਦੇ ਰਹਿਣ ਸਹਿਣ ਦੇ ਵਿੱਚ ਅਤੇ ਆਪਣੇ ਇੱਧਰ ਦੇ ਰਹਿਣ ਸਹਿਣ ਦੇ ਵਿੱਚ ਤੁਹਾਨੂੰ ਕੀ ਜ਼ਮੀਨ ਸਮਾਨ ਦਾ ਫਰਕ ਸੀ ਅੱਛਾ ਉੱਥੇ ਹਰ ਬੰਦਾ ਚਾਹ ਪੀਂਦਾ ਸੀ ਹਾਂਜੀ ਉੱਥੇ ਭੱਤੇ ਜਾਂਦੇ ਆ ਭੱਤਿਆਂ ਦੇ ਵੀ ਚਾਹ ਹੁੰਦੀ ਸੀ ਜੀ ਅਤੇ ਅਸਾਂ ਤਾਂ ਕਦੀ ਇੱਥੇ ਚਾਹ ਵੇਖੀ ਨਹੀਂ ਸੀ ਨਾ ਹੀ ਪੀਂਦੇ ਹੀ ਸਾਂ ਜੀ ਤੁਸੀਂ ਕੀ ਖਾਂਦੇ ਪੀਂਦੇ ਸੋ ਸਾਡਾ ਭਲਵਾਨੀ ਟਾਈਪ ਸੀ ਅੱਲਾ ਦਾ ਕਰਮ ਸੀ ਜੀ ਮਾਂ ਪਿਓ ਨੇ ਪੂਰਾ ਸਾਂਭੇ ਆ ਸੀ ਮੈਂ ਹਾਂ ਜੀ ਦੁੱਧ ਦਹੀਂ ਲੱਸੀ ਘਿਓ ਸਾਰਾ ਕੁਝ ਸਾਰੇ ਕੌਡੀਆਂ ਖੇਡਣੀਆਂ ਸਾਰੇ ਕੰਮ ਕਰ ਰਹੇ ਬੜਾ ਅੱਲਾ ਦਾ ਕਰਮ ਸੀ ਸਵਾਗਾ ਚੁੱਕਣਾ ਕੌਡੀ ਖੇਡਣੇ ਸਾਰੇ ਕੰਮ ਕਰ ਰਹੇ ਤੁਸੀਂ ਜਿਹੜੇ ਜਾ ਕੇ ਉੱਧਰ ਲੋਕਲ ਲੋਕ ਵੇਖੇ ਨੇ ਜਿਹੜੇ ਉੱਥੋਂ ਦੇ ਬਸ਼ਿੰਦੇ ਸਨ ਇਹ ਤਾਂ ਆਪਣੇ ਤਾਂ ਇੱਧਰੋਂ ਗਏ ਸਨ ਨਾ ਅਤੇ ਉਹਨਾਂ ਦੀ ਜਿਹੜੀ ਪਸਲੀ ਸੀ ਉਹ ਆਪਣੇ ਨਾਲ ਦੀ ਹੈ ਸੀ ਜਾਂ ਨਹੀਂ ਨਹੀਂ ਹੈ ਨਹੀਂ ਠੀਕ ਹੈ ਅਤੇ ਉੱਥੇ ਜਾ ਕੇ ਸਾਡੇ ਬਦਲੇ ਬੋਲੀ ਬਦਲ ਗਈ ਸੀ ਉਹਨਾਂ ਨਾਲ ਹਾਂਜੀ ਸਾਡੇ ਤਾਂ ਠੋਸ ਪੰਜਾਬੀ ਸਨ ਨਾ ਹਾਂਜੀ ਉੱਥੇ ਜਾ ਕੇ ਘਿੱਚ ਵਿੱਚ ਉਹਨਾਂ ਦੀ ਬੋਲਣੀ ਪੈ ਜਾਂਦੀ ਸੀ ਵਿੱਚ ਹਾਂ ਅਤੇ ਧੜ ਜਿਹੜਾ ਹੁੰਦਾ ਜਿਵੇਂ ਜੁੱਸਾ ਹੁੰਦਾ ਬੰਦੇ ਦਾ ਹੁੰਦਾ ਜਿਵੇਂ ਕਦਕਾਠ ਹੁੰਦਾ ਉੱਧਰ ਦਿਆਂ ਲੋਕਾਂ ਦਾ ਇੰਝ ਦਾ ਸਾਡੇ ਵਰਗਾ ਨਹੀਂ ਸੀ ਹੈ ਨਹੀਂ ਹਾਂ ਆਪਣੇ ਜਦ ਵੇਖਿਆ ਕੋਈ ਉੱਥੇ ਨਹੀਂ ਹੁੰਦਾ ਉਹਨਾਂ ਲੋਕਾਂ ਦਾ ਠੀਕ ਅਤੇ ਬਾਕੀ ਰਹਿਣ ਸਹਿਣ ਦੇ ਵਿੱਚ ਜਿਹੜਾ ਇੱਕ ਜ਼ਿੰਦਗੀ ਦਾ ਜਿਹੜਾ ਸਟੈਂਡਰਡ ਹੁੰਦਾ ਜਿਵੇਂ ਇੱਥੇ ਮਤਲਬ ਕਿ ਸਮਝਾਇਆ ਜਾਂਦਾ ਕਿ ਪਾਕਿਸਤਾਨ ਦੇ ਵਿੱਚ ਬੜੀ ਗੁਰਬਤ ਉੱਧਰ ਲੋਕ ਇਹ ਸਮਝਦੇ ਨੇ ਪਾਕਿਸਤਾਨ ਦੇ ਵਿੱਚ ਗੁਰਬਤ ਲੋਕਾਂ ਨੂੰ ਖਾਣ ਨੂੰ ਨਹੀਂ ਲੱਭਦਾ ਹੈ ਔਰ ਲੋਕ ਬੜੇ ਲੋਅ ਸਟੈਂਡਰਡ ਦੀ ਮਤਲਬ ਕਿ ਬੜੇ ਨੀਵੇਂ ਹੋ ਕੇ ਤੇ ਜ਼ਿੰਦਗੀ ਜੀਂਦੇ ਨੇ ਥੋੜ੍ਹਾ ਦੱਸਿਆ ਜੀ ਕਿ ਇੱਥੋਂ ਦਾ ਜੀਣ ਕੇ ਕਿੰਝ ਦਾ ਜਿਵੇਂ ਤੁਸੀਂ ਹੁਣ ਦੀ ਗੱਲ ਕਰੋ ਜਾਂ 35-40 ਸਾਲ ਪਹਿਲਾਂ ਦੀ ਗੱਲ ਕਰੋ ਜੇ ਤੁਸੀਂ ਉੱਧਰ ਵੇਖਿਆ ਸਾਡਾ ਤਾਂ ਮਾਹੌਲ ਬਿਲਕੁਲ ਸਹੀ ਸੀ ਹਾਂਜੀ ਆਲੇ ਦੁਆਲੇ ਦੀਆਂ ਉੱਥੇ ਕਈਆਂ ਗਰੀਬੀ ਹੈ ਕਈ ਤਾਕਤਵਰ ਹੋ ਗਏ ਜਾਂਦਿਆਂ ਕਿ ਜਿਹਨਾਂ ਨੂੰ ਸਹੀ ਜ਼ਮੀਨ ਲੱਭ ਗਈ ਹੈ ਅਤੇ ਸਾਡੇ ਸਾਨੇ ਨੇ ਇਹਨਾਂ ਦੀ 20 ਕਿੱਲੇ ਤਾਂ ਪਈ ਸੀ ਪਿੰਡ ਦੇ ਨਾਲ ਜਿਵੇਂ ਸਾਡਾ ਰਕਬਾ ਨਹੀਂ ਪਿੰਡੋਂ ਦੱਖਣ ਵਾਲੇ ਪਾਸੇ ਜੀ ਇਸ ਹੈ ਦੂਜੀ ਜ਼ਮੀਨ ਉਹਨਾਂ ਨੂੰ ਪੈ ਗਈ ਹਾਂਜੀ ਉਹ ਸਾਰਾ ਜੰਗਲ ਹੀ ਜੰਗਲ ਸੀ ਹਾਂਜੀ ਦੂਜੇ ਜੰਗਲ 'ਚ ਪੈ ਗਈ ਜੀ ਅਤੇ ਉਹ ਇਲਾਕਾ ਜਿਹੜਾ ਜਿਹੜਾ ਸਾਡਾ ਇਲਾਕਾ ਮੱਝ ਹੈ ਇਹ ਤੁਸੀਂ ਸੁਣਿਆ ਹੋਣਾ ਕਿ ਸ਼ੁਰੂ ਤੋਂ ਖਾਂਦਾ ਪੀਂਦਾ ਇਲਾਕਾ ਪਾਣੀ ਵਾਲਾ ਸੀ ਬਿਲਕੁਲ ਅਤੇ ਇੱਥੇ ਹਰ ਸ਼ੈਅ ਹੁੰਦੀ ਸੀ ਮਤਲਬ ਕਣਕ ਜਿਹੜਾ ਮੁੰਜੀ ਹੋ ਗਈ ਉਹ ਸਾਡੇ ਕੋਲ 47 ਤੋਂ ਪਹਿਲਾਂ ਹੈ ਸੀ ਉੱਧਰ ਜਾ ਕੇ ਤੁਸੀਂ ਸ਼ੈਵਾਂ ਉਦੋਂ ਵੇਖੀਆਂ ਸਨ ਜੇ ਤੁਸੀਂ ਨਿੱਕੇ ਹੁੰਦੇ ਹਰ ਚੀਜ਼ ਉੱਥੇ ਹੁੰਦੀ ਹੈ
ਇੰਨੀ ਜਾ ਕੇ ਬੀਜੀ ਸੀ ਜਾਂ ਫਿਰ ਪਹਿਲਾਂ ਵੀ ਆਇਆ ਸੀ? ਅਸਲ 'ਚ ਵਾਹੀ 'ਚ ਉਹ ਗਏ ਸਨ ਕਿਉਂਕਿ ਉਹਨਾਂ ਕੋਲ ਤਵੇ ਸਨ, ਕਰਨਾਲ ਦੇ ਤਵੇ ਬੜੇ ਮਸ਼ਹੂਰ ਨੇ, ਸਾਡੇ ਤਵੇ ਹੋਣ ਲੱਭੇ ਨੇ ਅਸੀਂ ਤੇ ਹੱਲਾ ਨਹੀਂ ਬੰਨਦੇ ਹਾਂ ਅਤੇ ਗਿਰੇ ਰਹਿਣ ਮੁੱਕਦੇ ਹੁੰਦੇ। ਹਾਂਜੀ ਉਹਨਾਂ ਦੀ ਵਾਹੀ ਸਾਡੇ ਨਾਲ ਸਟਰਾਂਗ ਸੀ ਜੀ, ਜੀ ਬਹੁਤ ਅੱਛੀ ਵਾਹੀ ਕਰਦੇ ਆ। ਤੁਸੀਂ ਜਿਹੜੇ ਹੁਣ ਤੁਹਾਡੇ ਉੱਥੇ ਜਿਹੜੀ ਖੂਨ ਦੀ ਸਾਂਭ ਸੀ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਸੁਨੇਹਾ ਦੇ ਦਿਓ ਉਹਨਾਂ ਨੂੰ। ਉਹ ਜਿੰਨਾ ਚਿਰ ਵਟੇਰਿਆ ਉਹਨਾਂ 'ਚ ਹੁਣ ਸਹਿ ਸੀ। ਹਾਂਜੀ ਉਹ ਨਵਾਂ ਪੋਚ ਹੈ ਜੀ, ਉਹ ਆਪਣੇ ਘਰ ਹੈ, ਆਪਣੇ ਘਰ ਉਹ ਆਪਣੀ ਕਮਾਈਆਂ ਕਰਦੇ ਅਤੇ ਖਾਂਦੇ ਰਹੇ। ਹਾਂ ਨਹੀਂ ਸਾਡਾ ਰਾਬਤਾ ਸੀ ਵਟੇਰਿਆਂ ਨਾਲ, ਉਹ ਸਾਰੇ ਖਤਮ ਹੋ ਗਏ ਅਤੇ ਅਸੀਂ ਆਪਣੇ ਘਰ ਬਹਿ ਗਏ, ਚੁੱਕ ਗਏ, ਹੁਣ ਜਾਣ ਦਾ ਰਜੂ ਹੀ ਨਹੀਂ। ਚਲੋ ਠੀਕ ਹੈ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਗੱਲ ਕਰ ਦਿੱਤੀ। ਠੀਕ ਹੈ ਜਨਾਬ।